ਡিয়ার ਸਟੂਡੈਂਟਸ ਵੈਲਕਮ ਅੱਜ ਦਾ ਆਪਣਾ ਟੌਪਿਕ ਹੈ ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ 2014 ਇਹਨੂੰ ਸ਼ਾਰਟ ਫਾਰਮ ਦੇ ਵਿੱਚ ਐਨ ਐਸ ਡੀ ਐਮ ਵੀ ਕਿਹਾ ਜਾਂਦਾ ਹੈ ਇਸ ਕਰਕੇ ਤੁਸੀਂ ਕਨਫਿਊਜ਼ ਨਹੀਂ ਹੋਣਾ ਜਦੋਂ ਤੁਹਾਨੂੰ ਕੋਈ ਵੀ ਸ਼ਾਰਟ ਜਾਂ ਲੌਂਗ ਕੁਐਸਚਨ ਦੇ ਵਿੱਚ ਐਨ ਐਸ ਡੀ ਐਮ ਲਿਖਿਆ ਹੁੰਦਾ ਹੈ ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਨਾਲ ਇਹਦੇ ਵਰਡ ਆਏਗਾ 2014 ਸਭ ਤੋਂ ਪਹਿਲਾਂ ਚੈੱਕ ਕਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਨੌਜਵਾਨ ਪੀਡੀ ਇਹੋ ਜ਼ਿਆਦਾ ਹੈ ਬਾਕੀ ਦੇਸ਼ਾਂ ਦੇ ਕੰਪੈਰੀਟਿਵ ਜੇ ਦੇਖੀਏ ਇਹ ਜਿਹੜੀ ਟੋਟਲ ਪਾਪੂਲੇਸ਼ਨ ਦੇ ਵਿੱਚੋਂ 54% 25 ਸਾਲ ਤੋਂ ਘੱਟ ਦੇ ਘੱਟ ਉਮਰ ਦੇ ਨੌਜਵਾਨ ਨੇ ਤੇ ਜਿਹੜੇ 62% ਕੰਮ ਕਰਨ ਵਾਲੇ ਨੇ ਉਹ 15 ਤੋਂ 49 ਸਾਲ ਦੀ 15 ਟੂ 49 ইয়ার্স ਦੀ ਜਿਹੜੀ ਏਜ ਆ ਉਹਦੇ ਵਿੱਚ ਆਉਂਦੇ ਨੇ ਭਾਰਤੀ ਜਿਹੜੀ ਸਲਾਨਾ ਕੁਸ਼ਲ ਸਮਰੱਥਾ ਹੈ ਸਾਲ 2013-14 ਦੇ ਵਿੱਚ ਅੰਦਾਜ਼ਨ 7 ਮਿਲੀਅਨ ਸੀ ਮੀਨਸ ਐਨੇ ਲੋਕ ਸਕਿਲਡ ਸੀ ਮੀਨਸ ਜਿਹੜੇ ਕਿ ਕੰਮ ਕਰ ਸਕਦੇ ਸੀ ਇਸੋਲਾਵਾ ਆਪਣੀ ਜ਼ਰੂਰਤਾਂ ਦੇ ਬਾਵਜੂਦ ਭਾਰਤ ਕੋਲ ਕੁਸ਼ਲ ਕੰਮ ਕਰਨ ਵਾਲੇ ਮੀਨ ਦੇ ਦੂਸਰੇ ਦੇਸ਼ਾਂ ਨੂੰ ਵੀ ਅਸੀਂ ਜਿਹੜੇ ਵਰਕਰਸ ਆ ਜਿਹੜੇ ਕੰਮ ਕਰਨ ਵਾਲੇ ਵਿਅਕਤੀ ਨੇ ਉਹ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਆ ਜੋ ਵਿਕਸਤ ਦੇਸ਼ਾਂ ਦੀ ਆਉਣ ਵਾਲੀ ਕਮੀ ਨੂੰ ਪੂਰਾ ਕਰਦੀ ਹੈ ਹੁਣ ਜਿਹੜੇ ਵੀ ਕੰਟਰੀ ਡਿਵੈਲਪ ਹੋਏ ਨੇ ਉੱਥੇ ਜਿਹੜੀ ਪਾਪੂਲੇਸ਼ਨ ਆ ਘਟ ਹੈ ਇਸ ਕਰਕੇ ਜਿਹੜੇ ਆਪਣੇ ਲੋਕ ਨੇ ਉਹ ਜ਼ਿਆਦਾਤਰ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਕਮੀ ਹੈ ਉਹਨੂੰ ਪੂਰਾ ਕਰ ਰਹੇ ਨੇ ਸਾਲ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਵਿੱਚ ਜਿਹੜੀ ਕੇਂਦਰੀ ਕੈਬਨਿਟ ਬੈਠੀ ਸੀ ਉਹਨੇ ਨੈਸ਼ਨਲ ਡਿਵੈਲਪਮੈਂਟ ਮਿਸ਼ਨ ਦੀ ਸੰਸਾਗਤ ਰੂਪਰੇਖਾ ਨੂੰ ਸਹਿਮਤੀ ਦਿੱਤੀ ਸੀ ਤੇ ਇਹ 15 16 ਦੇ ਬਜਟ ਭਾਸ਼ਣ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਸੀ ਨਰਿੰਦਰ ਮੋਦੀ ਵੱਲੋਂ ਉਹਨੂੰ ਪੂਰਾ ਕੀਤਾ ਗਿਆ ਨੇਕਸਟ ਹੁਣ ਅਸੀਂ ਗੱਲ ਕਰਾਂਗੇ ਇਹਦੇ ਏਮਜ਼ ਰਾਸ਼ਟਰੀ ਕੌਸ਼ਲ ਵਿਕਾਸ ਮਿਸ਼ਨ ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਹੁਣ ਇਹ ਹੁਣੇ ਅਸੀਂ ਗੱਲ ਕਰ ਚੁੱਕੇ ਹਾਂ 14 15 16 ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਸੀ ਉਹਦੇ ਦੌਰਾਨ ਘੋਸ਼ਣਾ ਕੀਤੀ ਗਈ ਸੀ ਤੇ ਇਹਦਾ ਉਦੇਸ਼ ਵੱਖ-ਵੱਖ ਮੰਤਰਾਲਿਆਂ ਦੇ ਅਧੀਨ ਚੱਲ ਰਹੇ ਕੌਸ਼ਲ ਵਿਕਾਸ ਕਾਰਜ ਕਰਮਾਂ ਨੂੰ ਮੀਨ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਨਾਲ ਕੰਮ ਚੱਲ ਰਹੇ ਉਹਨਾਂ ਨੂੰ ਮਜ਼ਬੂਤ ਤੇ ਦ੍ਰਿੜ ਕਰਨਾ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮਾਂ ਦੇ ਲਈ ਇੱਕ ਜਿਹੜਾ ਮਾਪਦੰਡ ਹੈ ਸਟੈਂਡਰਡ ਉਹ ਤਿਆਰ ਕਰਨਾ ਸੀ ਹੁਣ ਅਸੀਂ ਇਹਦੇ ਜਿਹੜੇ ਉਦੇਸ਼ਾਂ ਨੇ ਉਹਦੇ ਬਾਰੇ ਗੱਲ ਕਰਾਂਗੇ ਮੈਂ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਦੇ ਵਿੱਚ ਬਲੂ ਪੈਨ ਨਾਲ ਲਿਖੇ ਹੋਏ ਨੇ ਜਿਹੜੇ ਬੱਚੇ ਇੰਗਲਿਸ਼ ਮੀਡੀਆ ਵਾਲੇ ਨੂੰ ਆਪਣੇ ਜਿਹੜੇ ਪੁਆਇੰਟਸ ਨੇ ਇਸ ਤਰੀਕੇ ਨਾਲ ਨੋਟ ਕਰ ਸਕਦੇ ਨੇ ਪਹਿਲਾ ਜੀਵਨ ਭਰ ਸਿੱਖਣ ਦੇ ਮੌਕੇ ਲਾਈਫ ਲੌਂਗ ਪ੍ਰੋਸੈਸ ਹੁਣ ਇਹ ਮਿਸ਼ਨ ਦਾ ਜਿਹੜਾ ਉਦੇਸ਼ ਹੈ ਇਹ ਨਾਲ ਕੀ ਹੋਏਗਾ ਵੀ ਜੀਵਨ ਭਰ ਸਿੱਖਣ ਦੇ ਜਿਹੜੇ ਮੌਕੇ ਨੇ ਉਹ ਸਾਰਿਆਂ ਨੂੰ ਮਿਲਣਗੇ ਤੇ ਇਹਨਾਂ ਦੇ ਵਿੱਚ ਜਿਹੜਾ ਸਕੂਲ ਪਾਠ ਕਰਮਾ ਉਹਨੂੰ ਵੀ ਸ਼ਾਮਲ ਕੀਤਾ ਜਾਏਗਾ ਕੰਮ ਤੇ ਜਿਹੜੇ ਸਿੱਖਲਾਈ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ ਰੋਜ਼ਗਾਰ ਵੀ ਮਿਲੇਗਾ ਤੇ ਜਿਹੜੀ ਪ੍ਰੋਫੈਸ਼ਨਲ ਨੈਕਸਟ ਹੈ ਸੰਸਥਾਵਾਂ ਵਿੱਚ ਆਪਸੀ ਤਾਲਮੇਲ ਕੋਆਰਡੀਨੇਸ਼ਨ ਬਿਟਵੀਨ ਇੰਸਟੀਚੂਸ਼ਨਸ ਸਾਰੇ ਕੇਂਦਰੀ ਮੰਤਰਾਲੇ ਵਿਭਾਗਾਂ ਦੇ ਜਿਹੜੇ ਕੌਸ਼ਲ ਵਿਕਾਸ ਯਤਨਾਂ ਦੇ ਵਿੱਚ ਏਕੀਕਰਨ ਤੇ ਆਪਸੀ ਜਿਹੜਾ ਤਾਲਮੇਲ ਹੈ ਉਹਨੂੰ ਉਤਸ਼ਾਹਿਤ ਕਰਨਾ ਨੈਕਸਟ ਹੈ ਕਰਮਚਾਰੀਆਂ ਨੂੰ ਉੱਚ ਕੌਸ਼ਲ ਦੇਣਾ ਟੂ ਪ੍ਰੋਵਾਈਡ ਹਾਈ ਸਕਿਲਸ ਟੂ ਵਰਕਰਸ ਵੱਖ-ਵੱਖ ਜਿਹੜੇ ਅਸੰਗਠਿਤ ਖੇਤਰ ਜਿਵੇਂ ਕਿ ਨਿਰਮਾਣ ਕਾਰਜ ਦੇ ਕੰਮ ਦੇ ਵਿੱਚ ਲੱਗੇ ਹੁੰਦੇ ਨੇ ਜਿਵੇਂ ਕਿ ਅਸੀਂ ਗੱਲ ਕਰਦੇ ਵੀ ਰੋਡਸ ਵਗੈਰਾ ਬਣ ਰਹੀਆਂ ਹੁੰਦੀਆਂ ਨੇ ਤਾਂ ਉਹ ਨਿਰਮਾਣ ਕਾਰਜ ਦੇ ਕੰਮ ਦੇ ਵਿੱਚ ਰੁਝੇ ਹੁੰਦੇ ਨੇ ਤੇ ਉਹਨਾਂ ਨੂੰ ਕੌਸ਼ਲ ਵਿਕਾਸ ਦੀ ਯੋਗਤਾ ਦੇਣੀ ਹੈ ਤੇ ਕਰਮਚਾਰੀ ਨੂੰ ਉੱਚ ਕੌਸ਼ਲ ਪ੍ਰਦਾਨ ਕਰਨਾ ਤਾਂ ਕਿ ਉਹ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਹੋ ਸਕਣ ਨੈਕਸਟ ਹੈ ਵਰਤਮਾਨ ਸਰੰਚਨਾ ਦਾ ਲਾਭ ਉਠਾਉਣਾ ਬੈਨੀਫਿਟਸ ਫਰੋਮ ਐਗਜ਼ਿਸਟਿੰਗ ਸਟਰਕਚਰ ਕੌਸ਼ਲ ਸਿਖਲਾਈ ਅਤੇ ਯੋਗਤਾ ਨਿਰਮਾਣ ਦੇ ਯਤਨਾਂ ਦੀ ਸਫਲਤਾ ਦੇ ਲਈ ਜਿਹੜੇ ਵਰਤਮਾਨ ਸਰੰਚਨਾਵਾਂ ਨੇ ਸਾਡੇ ਕੋਲ ਐਗਜ਼ਿਸਟਿੰਗ ਸਟਰਕਚਰ ਹੈ ਤੇ ਜਿਹੜੀਆਂ ਹੋਰ ਸਹੂਲਤਾਂ ਨੇ ਉਹਦਾ ਲਾਭ ਵੀ ਉਠਾਉਣਾ ਇਹਦਾ ਇੱਕ ਮੁੱਖ ਉਦੇਸ਼ ਹੈ ਮੰਗਤੇ ਸਿੱਖਿਆਗਰ ਦੀਆਂ ਆਸ਼ਾਵਾਂ ਨੂੰ ਆਪਸ ਵਿੱਚ ਜੋੜਨਾ ਟੂ ਲਿੰਕ ਦਾ ਵੈਲਿਊਜ਼ ਆਫ ਡਿਮਾਂਡ ਐਂਡ ਲਰਨਰਸ ਇਸ ਮਿਸ਼ਨ ਦਾ ਕੀ ਉਦੇਸ਼ ਹੈ ਕਿ ਪ੍ਰਣਾਮ ਕੇਂਦਰਿਤ ਜਿਹੜੀ ਸਿੱਖਲਾਈ ਦੀ ਰੂਪਰੇਖਾ ਉਹ ਤਿਆਰ ਕਰਨੀ ਤਾਂ ਕਿ ਜਿਹੜੇ ਨਿਯੁਕਤੀਕਰਾਂ ਨੇ ਆ ਮੀਨ ਜਿਨ੍ਹਾਂ ਨੂੰ ਅਸੀਂ ਰੱਖਣਾ ਹੈ ਉਹਨਾਂ ਨੇ ਮੰਗਾਂ ਨੂੰ ਮਾਨਵਤਾ ਦੀ ਉਤਪਾਦਕਤਾ ਉਤਪਾਦਕਤਾ ਹੁੰਦਾ ਹੈ ਪ੍ਰੋਡਕਟਿਵਿਟੀ ਤੇ ਸਿੱਖਿਆਗਰਾਂ ਦੀਆਂ ਉਮੀਦਾਂ ਦੇ ਅਨੁરૂਪ ਪੂਰਾ ਕੀਤਾ ਜਾ ਸਕੇ ਸਿੱਖਿਆਗਰ ਮੀਨ ਜਿਹੜੇ ਸਿੱਖਣ ਵਾਲੇ ਨੇ ਨੈਕਸਟ ਹੈ ਕੌਸ਼ਲ ਟ੍ਰੇਨਿੰਗ ਦੇ ਮਾਪਦੰਡ ਸਟੈਂਡਰਡਸ ਆਫ ਸਕਿੱਲ ਟ੍ਰੇਨਿੰਗ ਦੇਸ਼ ਦੇ ਵਿੱਚ ਜਿਹੜੇ ਕੌਸ਼ਲ ਟ੍ਰੇਨਿੰਗ ਹੈ ਸਕਿੱਲ ਡਿਵੈਲਪਮੈਂਟ ਹੈ ਸਕਿੱਲ ਟ੍ਰੇਨਿੰਗ ਹੈ ਉਹਦੇ ਰਾਸ਼ਟਰੀ ਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਮਾਪਦੰਡ ਨੇ ਉਹ ਸਥਾਪਿਤ ਕੀਤੇ ਜਾਣਗੇ ਤੇ ਇਹਨਾਂ ਨੂੰ ਲਾਗੂ ਕਰਨਾ ਅਤੇ ਇਸ ਲਈ ਕੌਸ਼ਲ ਵਿਕਾਸ ਦਾ ਜਿਹੜਾ ਮਜ਼ਬੂਤ ਢਾਂਚਾ ਤਿਆਰ ਕਰਨਾ ਤਾਂ ਜੋ ਸਾਰੇ ਜਿੰਨੇ ਵੀ ਡਿਪਾਰਟਮੈਂਟਸ ਨੇ ਸਟੇਟਸ ਨੇ ਤੇ ਜਿਹੜੇ ਨਿੱਜੀ ਸੰਸਥਾਵਾਂ ਨੇ ਉਹਨਾਂ ਤੇ ਇਹ ਸਮਾਨ ਰੂਪ ਨਾਲ ਲਾਗੂ ਕੀਤਾ ਜਾਵੇ ਨੈਕਸਟ ਹੈ ਕਮਜ਼ੋਰ ਅਤੇ ਪਛੜੇ ਵਰਗ ਦੀ ਸਹਾਇਤਾ ਸਪੋਰਟ టు 위ਕਰ ਐਂਡ ਬੈਕਵਰਡ ਸੈਕਸ਼ਨਸ ਸਮਾਜ ਦੇ ਜਿੰਨੇ ਵੀ ਵਰਗ ਕਮਜ਼ੋਰ ਨੇ ਤੇ ਪਛੜੇ ਹੋਏ ਨੇ ਉਹਨਾਂ ਦੀ ਸਹਾਇਤਾ ਕਰਨਾ ਇਹਦਾ ਇੱਕ ਮੁੱਖ ਉਦੇਸ਼ ਹੈ ਹੁਣ ਇਸ ਦਿਸ਼ਾ ਦੇ ਵਿੱਚ ਜਿਹੜਾ ਕੌਸ਼ਲ ਵਿਕਾਸ ਗਤੀਵਿਧੀਆਂ ਅਤੇ ਕਾਰਜਕਰਮ ਸ਼ੁਰੂ ਕੀਤੇ ਜਾਣਗੇ ਤਾਂ ਜੋ ਜਿਹੜੇ ਕਮਜ਼ੋਰ ਤੇ ਪਛੜੇ ਵਰਗ ਨੇ ਉਹਨਾਂ ਦੀ ਜਿਹੜੀ ਸਹਾਇਤਾ ਉਹ ਹੋ ਸਕੇ ਪ੍ਰਵਾਸੀ ਰੋਜ਼ਗਾਰ ਓਵਰਸੀਜ਼ ਏਮਪਲੋਇਮੈਂਟ ਹੁਣ ਪ੍ਰਵਾਸੀ ਰੋਜ਼ਗਾਰ ਦੇ ਵਿੱਚ ਇਸ ਇਸ ਤਰ੍ਹਾਂ ਦੇ ਕੰਮ ਕਰਨੇ ਨੇ ਉਚਿਤ ਕਾਰਜਕਰਮਾਂ ਦੇ ਰਾਹੀਂ ਏਮਪਲੋਇਮੈਂਟ ਦੇ ਅਜਿਹੇ ਮੌਕੇ ਪ੍ਰਦਾਨ ਕਰਨਾ ਜਿਹੜੇ ਕਿ ਵਰਲਡ ਲੈਵਲ ਦੀਆਂ ਜਿਹੜੀਆਂ ਲੋੜਾਂ ਨੇ ਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਵੀ ਪੂਰਾ ਕਰਦੇ ਹੋਣ ਮੀਨਜ਼ ਜਿਹੜੇ ਆਪਣੇ ਵਰਕਰਸ ਨੇ ਉਹ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਵੀ ਕਿਸੇ ਕੰਮ ਨੂੰ ਕਰਨ ਦੇ ਯੋਗ ਹੋ ਸਕਣ ਨੈਕਸਟ ਹੈ ਕ੍ਰੈਡਿਟ ਤਬਾਦਲਾ ਪ੍ਰਣਾਲੀ ਕ੍ਰੈਡਿਟ ट्रांजिशन ਸਿਸਟਮ ਵਿਵਸਾਇਕ ਸਿੱਖਿਆ ਪ੍ਰਣਾਲੀ ਹੈ ਜਿਹੜੀ ਵੋਕੇਸ਼ਨਲ ਸਿੱਖਿਆ ਪ੍ਰਣਾਲੀ ਹੈ ਤੇ ਜਿਹੜੀ ਰਸਮੀ ਸਿੱਖਿਆ ਪ੍ਰਣਾਲੀ ਹੈ ਉਹਦੇ ਵਿੱਚ ਸਥਾਨਾਂਤਰਣ ਮੀਨਜ਼ ਤਬਾਦਲਾ ਦਾ ਜਿਹੜਾ ਵਿਕਲਪ ਹੈ অপਸ਼ਨ ਹੈ ਉਹ ਬਣਾਉਣ ਦੇ ਲਈ ਜਿਹੜੀ ਕ੍ਰੈਡਿਟ ਤਵਾਦਲਾ ਪ੍ਰਣਾਲੀ ਹੈ ਉਹਨੂੰ ਅਪਣਾਉਣਾ ਨੈਕਸਟ ਹੈ ਉੱਚ ਕੌਸ਼ਲ ਪੂਰਵਕ ਕਾਰਜ ਸ਼ਕਤੀ ਦੀ ਸਿਰਜਣਾ ਕਰਨਾ ਹਾਈਲੀ ਸਕਿਲਡ ਵਰਕ ਫੋਰਸ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਯੋਗਤਾ ਹੈ ਉਹਦੇ ਜਿਹੜੇ ਸਟੈਂਡਰਡ ਨੇ ਉਹਦੇ ਵਾਲੇ ਉਚਿਤ ਕੌਸ਼ਲ ਸਿਖਲਾਈ ਨੂੰ ਸੁਨਿਸ਼ਚਿਤ ਕਰਨਾ ਮੈਂ ਦੀ ਯਕੀਨੀ ਬਣਾਉਣਾ ਜਿਸ ਨਾਲ ਉੱਚ ਕੌਸ਼ਲ ਭਰਪੂਰ ਜਿਹੜੀ ਕਾਰਜ ਸ਼ਕਤੀ ਹੈ ਉਹਦੀ ਜਿਹੜੀ ਸਿਰਜਣਾ ਹੈ ਕਰਨ ਦੇ ਜਿਹੜੀ ਸਹਾਇਤਾ ਉਹ ਪ੍ਰਾਪਤ ਹੋਵੇ ਤਾਂ ਜੋ ਕਿਸੇ ਵੀ ਕੰਮ ਕਰਨ ਵਾਲੇ ਵਰਕਰ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਦਿੱਕਤ ਆ ਹੋ ਨਾ ਆਵੇ ਨੈਕਸਟ ਹੈਨ ਤੀਜਾ ਉਪਰ ਕੇਂਦਰਿਤ ਸਿਖਲਾਈ ਆਉਟਕਮ ਫੋਕਸਡ ਟ੍ਰੇਨਿੰਗ ਇਸ ਮਿਸ਼ਨ ਦਾ ਉਦੇਸ਼ ਹੈ ਵੀ ਜਿਹੜੇ ਕੰਪਨੀ ਨੇ ਜ਼ਰੂਰਤਾਂ ਉਹਨਾਂ ਨੂੰ ਪੂਰੀ ਕਰਨ ਦੇ ਲਈ ਜਿਹੜੀ ਲੋਡਿੰਗ ਦੇ ਵਰਕ ਫੋਰਸ ਆ ਤਿਆਰ ਕਰਨ ਦੇ ਨਾਲ-ਨਾਲ ਜਿਹੜੇ ਸਿਖਿਆਰਥੀ ਨੇ ਉਹਨਾਂ ਦੀਆਂ ਜਿਹੜੀਆਂ ਇਛਾਵਾਂ ਨੇ ਸਿੱਖਣ ਦੀਆਂ ਤੇ ਜਿਹੜੀ ਕੰਮ ਕਰਨ ਦੀ ਉਤਪਾਦਕਤਾ ਉਹ ਪੈਦਾ ਕਰਨਾ ਵੀ ਹੈ ਇਸ ਮਿਸ਼ਨ ਦੇ ਅਧੀਨ ਕੀ ਕਰਨਾ ਹੈ ਜਿਹੜੀ ਕੇਂਦ੍ਰਿਤ ਟ੍ਰੇਨਿੰਗ ਹੈ ਉਹਦੇ ਲਈ ਜਿਹੜਾ ਫਰੇਮਵਰਕ ਹੈ ਉਹਦਾ ਨਿਰਮਾਣ ਕੀਤਾ ਜਾਏਗਾ ਨੈਕਸਟ ਹੈ ਅਸੰਗਠਿਤ ਖੇਤਰਾਂ ਵਿੱਚ ਸਮਰੱਥਾ ਵਿੱਚ ਵਾਧਾ ਕਰਨਾ ਬਿਲਡਿੰਗ ਕੈਪੈਸਿਟੀ ਇਨ ਅਨ ਆਰਗਨਾਈਜ਼ਡ ਸੈਕਟਰਸ ਇਸ ਸਬਮਿਸ਼ਨ ਦੇ ਅਕੋਰਡਿੰਗ ਵੀ ਜਿਹੜੇ ਅਸੰਗਠਿਤ ਖੇਤਰ ਨੇ ਉਹਨਾਂ ਦੇ ਵਿੱਚ ਹੁਨਰ ਦਾ ਜਿਹੜਾ ਵਿਕਾਸ ਹੈ ਤੇ ਸਮਰੱਥਾ ਉਹਦੇ ਵਿੱਚ ਵੀ ਵਾਧਾ ਕਰਨਾ ਹੈ ਮੀਨ ਜਿਉਂਥੇ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਤੇ ਕੈਪੈਸਿਟੀ ਹੈ ਉਹਨੂੰ ਵਧਾਉਣਾ ਹੈ ਤੇ ਇਹਦੇ ਨਾਲ ਹੀ ਇਹਨਾਂ ਦੇ ਜਿਹੜੇ ਖੇਤਰਾਂ ਨੂੰ ਅਸੀਂ ਪਹਿਚਾਣ ਕਰ ਲਈ ਪਛਾਣ ਲਿਆ ਉੱਥੇ ਵਰਕਰਾਂ ਦੇ ਜਿਹੜੇ ਉਹਨਾਂ ਦੇ ਵਿੱਚ ਸਕਿੱਲਸ ਡਿਵੈਲਪ ਕਰਨੀਆਂ ਨੇ ਉਹਨਾਂ ਨੂੰ ਮੌਕੇ ਪ੍ਰਦਾਨ ਕਰਨੇ ਨੇ ਤਾਂ ਜੋ ਜਿਹੜਾ ਉਹ ਫਾਰਮਲ এমਪਲੋਇਮੈਂਟ ਹੈ ਫਾਰਮਲ ਰੋਜ਼ਗਾਰ ਹੈ ਉਹਦੇ ਵਿੱਚ ਖੁਦ ਆਪਣੇ ਆਪ ਨੂੰ ਐਡਜਸਟ ਕਰ ਸਕਣ ਨੈਕਸਟ ਹੈ ਗੁਣਵੱਤਾ ਭਰਪੂਰ ਅਧਿਆਪਕਾਂ ਦੇ ਨੈਟਵਰਕ ਦਾ ਵਿਕਾਸ ਕਰਨਾ ਡਿਵੈਲਪਮੈਂਟ ਆਫ ਕੁਆਲਿਟੇਟਿਵ ਇਨਸਟ੍ਰਕਟਰਸ ਨੈਟਵਰਕ ਇਸ ਮਿਸ਼ਨ ਦਾ ਅਗਲਾ ਉਦੇਸ਼ ਕੌਸ਼ਲ ਵਿਕਾਸ ਵਾਤਾਵਰਣ ਦੇ ਵਿੱਚ ਇੱਕ ਜਿਹੜਾ ਗੁਣਵੱਤਾ ਭਰਪੂਰ ਅਧਿਆਪਕ ਨੇ ਜਾਂ ਜਿਹੜੇ ਟ੍ਰੇਨਰਸ ਨੇ ਉਹਨਾਂ ਦਾ ਨੈਟਵਰਕ ਦਾ ਵਿਕਾਸ ਕਰਨਾ ਹੈ ਜਿਹਦੇ ਲਈ ਜਿਹੜੇ ਉੱਚ ਪੱਧਰ ਦੀ ਗੁਣਵੱਤਾ ਵਾਲੇ ਜਿਹੜੇ ਅਧਿਆਪਕ ਨੇ ਅਧਿਆਪਕ ਟ੍ਰੇਨਿੰਗ ਸੰਸਥਾਵਾਂ ਨੇ ਉਹਨਾਂ ਦੀ ਸਥਾਪਨਾ ਕਰਨਾ ਹੈ ਨੈਕਸਟ ਹੈ ਤਾਲਮੇਲ ਨੂੰ ਪਰਫੁੱਲਿਤ ਕਰਨਾ ਟੂ ਪ੍ਰਮੋਟ ਕੋਆਰਡੀਨੇਸ਼ਨ ਇਸ ਮਿਸ਼ਨ ਦਾ ਉਦੇਸ਼ ਸਾਰੇ ਕੇਂਦਰੀ ਮੰਤਰਾਲੇ ਵਿਭਾਗਾਂ ਜਾਂ ਜਿਹੜੇ ਰਾਜ ਨੇ ਸਟੇਟਸ ਨੇ ਤੇ ਜਿਹੜੇ ਲਾਗੂ ਕਰਨ ਵਾਲੇ ਹੋਰ ਏਜੰਸੀਆਂ ਨੇ ਉਹਨਾਂ ਦੇ ਵਿਚਕਾਰ ਜਿਹੜਾ ਤਾਲਮੇਲ ਹੈ ਉਹਨੂੰ ਵੀ ਪਰਫੁੱਲਿਤ ਕਰਨਾ ਹੈ ਉਹਨਾਂ ਦੀ ਜਿਹੜੀ ਕੋਆਰਡੀਨੇਸ਼ਨ ਹੈ ਉਹਦੇ ਵਿੱਚ ਵਾਧਾ ਕਰਨਾ ਹੈ ਨੈਕਸਟ ਹੈ ਕੌਸ਼ਲ ਸਿਖਲਾਈ ਦੀ ਇੱਛਾ ਦੇ ਮੁੱਲਾਂ ਦਾ ਪ੍ਰਸਾਰ ਕਰਨਾ ਪ੍ਰੋਪਗੇਟ ਐਸਪੀਰੇਸ਼ਨਲ ਵੈਲਿਊ ਸਕਿਲਡ ਇਸ ਮਿਸ਼ਨ ਦਾ ਉਦੇਸ਼ ਕੌਸ਼ਲ ਸਿਖਲਾਈ ਦੇ ਮੁੱਲਾਂ ਬਾਰੇ ਜਿਹੜੇ ਨੌਜਵਾਨ ਨੇ ਉਹਨਾਂ ਵਿੱਚ ਸਮਾਜਿਕ ਚੇਤਨਾ ਪੈਦਾ ਕਰਨੀ ਹੈ ਤਾਂ ਜੋ ਉਹ ਜਿਹੜੀ ਆਪਣੇ ਅਕੋਰਡਿੰਗ ਸਕਿਲਸ ਨੇ ਉਹ ਉਹਨਾਂ ਦੀ ਟ੍ਰੇਨਿੰਗ ਲੈ ਸਕਣ ਨੈਕਸਟ ਹੈ ਕਰਮਚਾਰੀਆਂ ਨੂੰ ਮੁਢ ਕੌਸ਼ਲ ਅਤੇ ਉੱਚ ਕੌਸ਼ਲ ਪ੍ਰਦਾਨ ਕਰਨਾ ਰੀਸਕਿਲਿੰਗ ਐਂਡ ਅਪਸਕਿਲਿੰਗ ਵਰਕਰਜ਼ ਜਿਹੜੇ ਵਰਕਰਸ ਨੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਰੀਸਕਿਲ ਕਰਨਾ ਤੇ ਜਿਹੜੇ ਨਵੇਂ ਨੇ ਅਨਟ੍ਰੇਨਡ ਨੇ ਉਹਨਾਂ ਨੂੰ ਅਪਸਕਿਲ ਕਰਨਾ ਤੇ ਉਹਨਾਂ ਦੇ ਜਿਹੜੇ ਸਕਿਲਸ ਨੇ ਉਹਨਾਂ ਦੇ ਵਿੱਚ ਵਾਅਦਾ ਕਰਨਾ ਨੈਕਸਟ ਇੱਕ ਪੁਆਇੰਟ ਰਹਿ ਗਿਆ ਸੀ ਆਪਣਾ ਰਾਸ਼ਟਰੀ ਡਾਟਾਬੇਸ ਦਾ ਪ੍ਰਬੰਧ ਕਰਨਾ ਮੇਨਟੇਨਿੰਗ ਨੈਸ਼ਨਲ ਡਾਟਾਬੇਸ ਇਸ ਮਿਸ਼ਨ ਦੇ ਅਨੁਸਾਰ ਦੇਸ਼ ਦੇ ਵਿੱਚ ਇੱਕ ਜਿਹੜਾ ਨੈਸ਼ਨਲ ਡਾਟਾਬੇਸ ਹੈ ਜਿਹੜਾ ਕਿ ਲੇਬਰ ਮਾਰਕੀਟ ਇਨਫੋਰਮੇਸ਼ਨ ਸਿਸਟਮ ਦੇ ਨਾਲ ਜਾਣਿਆ ਵੀ ਜਾਂਦਾ ਹੈ ਇਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਵਿੱਚ ਜਿਹੜੇ ਸਕਿਲਫੁਲ ਜਿਹੜੀ ਵਰਕ ਫੋਰਸ ਆ ਉਹਦੇ ਮੰਗ ਤੇ ਸਪਲਾਈ ਦੇ ਵਿੱਚ ਇੱਕ ਬੈਲੈਂਸ ਬਣਾਇਆ ਜਾ ਸਕੇ ਹੁਣ ਅਸੀਂ ਇਹਦੇ ਨਾਲ ਹੀ ਕਰਾਂਗੇ ਜਿਹੜਾ ਰਾਸ਼ਟਰੀ ਕੌਸ਼ਲ ਵਿਕਾਸ ਮਿਸ਼ਨ ਹੈ ਇਹਦੇ ਕਿਹੜੇ-ਕਿਹੜੇ ਕੰਮ ਨੇ ਇਸ ਮਿਸ਼ਨ ਦੇ ਕੰਮਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਏ ਪਹਿਲਾ ਹੈ ਕੌਂਸਲ ਦਾ ਐਪੈਕਸ ਪੱਧਰ ਤੇ ਪ੍ਰਬੰਧ ਦੂਸਰਾ ਹੈ ਨਿਰਦੇਸ਼ਕ ਕਮੇਟੀ ਤੇ ਤੀਸਰਾ ਹੈ ਮਿਸ਼ਨ ਡਾਇਰੈਕਟੋਰੇਟ ਮਿਸ਼ਨ ਡਾਇਰੈਕਟੋਰੇਟ ਅਗੇ ਫੇਰ ਤਿੰਨ ਸੰਸਥਾਵਾਂ ਦੇ ਵਿੱਚ ਸਹਾਇਕ ਹੋਵੇਗੀ ਪਹਿਲਾ ਹੈ ਰਾਸ਼ਟਰੀ ਕੌਸ਼ਲ ਵਿਕਾਸ ਏਜੰਸੀ ਦੂਸਰਾ ਰਾਸ਼ਟਰੀ ਕੌਸ਼ਲ ਵਿਕਾਸ ਕਾਰਪੋਰੇਸ਼ਨ ਤੀਸਰਾ ਹੈ ਜਨਰਲ ਸਿਖਲਾਈ ਡਾਇਰੈਕਟੋਰੇਟ ਇਹ ਜਿਹੜੀਆਂ ਸਾਰੀਆਂ ਸੰਸਥਾਵਾਂ ਨੇ ਕੌਸ਼ਲ ਵਿਕਾਸ ਮੰਤਰਾਲੇ ਦੇ ਅਧੀਨ ਕੰਮ ਕਰਨੀਆਂ ਤੇ ਸਟੇਟ ਲੈਵਲ ਤੇ ਜਿਹੜਾ ਸਕਿੱਲ ਡਿਵੈਲਪਮੈਂਟ ਮਿਸ਼ਨ ਹੈ ਤੇ ਨੈਸ਼ਨਲ ਲੈਵਲ ਤੇ ਜਿਹੜਾ ਮਿਸ਼ਨ ਹੈ ਰਲ ਕੇ ਅਗੋਂ ਜਿਹੜੇ ਕੌਸ਼ਲ ਨੇ ਉਹਨਾਂ ਨੂੰ ਡਿਵੈਲਪ ਕਰਨਗੇ ਨੈਕਸਟ ਹੈ ਰਾਸ਼ਟਰੀ ਪੱਧਰ ਤੇ ਜਿਹੜਾ ਕੌਸ਼ਲ ਹੈ ਉਹਨੂੰ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਸੁਚਾਰੂ ਰੂਪ ਦੇ ਵਿੱਚ ਚਲਾਉਣਗੇ ਤੇ ਇਹਦੇ ਸੰਵਿਧਾਨ ਇਸਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਹੋਰ ਏਜੰਸੀਆਂ ਨੇ ਉਹ ਇਹ ਸ਼ਾਮਿਲ ਹੋਣਗੀਆਂ ਪਹਿਲਾ ਹੈ ਐਮਓਐਫ ਐਮਐਸਡੀਈ ਐਮਐਚਆਰਡੀ ਐਮਓਆਰਡੀ ਐਮਓਐਲਈ ਐਮਐਸ ਐਮਈਐਮਓਏ ਤੇ ਜਿਹੜੀ ਪ੍ਰਬੰਧਕ ਕੌਸ਼ਲ ਹੈ ਉਹਦੇ ਹੇਠ ਲਿਖੇ ਕੰਮ ਹੋਣਗੇ ਮਿਸ਼ਨ ਨੂੰ ਅਗਵਾਈ ਤੇ ਜਿਹੜੀਆਂ ਨੀਤੀਆਂ ਨੇ ਉਹਦੇ ਬਾਰੇ ਡਾਇਰੈਕਸ਼ਨ ਦੇਣਾ ਮਿਸ਼ਨ ਨਾਲ ਉਪਮਿਸ਼ਨ ਨੂੰ ਸ਼ੁਰੂ ਕਰਨਾ ਤੇ ਬੰਦ ਕਰਨ ਦਾ ਫੈਸਲਾ ਮੀਨ ਜਿਹੜੇ ਸਬਮਿਸ਼ਨ ਨੇ ਉਹ ਵੀ ਸ਼ੁਰੂ ਕੀਤੇ ਜਾਣਗੇ ਮਿਸ਼ਨ ਦੀਆਂ ਗਤੀਵਿਧੀਆਂ ਦੀ ਛਿਮਾਹੀ ਵਾਅਦੇ ਤੇ ਵਿਕਾਸ ਦੀ ਰੂਪਰੇਖਾ ਮੀਨਸ ਹਰ 6 ਮਹੀਨੇ ਬਾਅਦ ਉਹਦੇ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਰੂਪਰੇਖਾ ਉਹ ਵੀ ਤਿਆਰ ਕਰਨੀ ਹੈ ਫਿਰ ਹੈ ਰਾਜ ਪੱਧਰ ਤੇ ਸਟੇਟ ਲੈਵਲ ਤੇ ਹੁਣ ਇਹਦੇ ਲਈ ਇੱਕ ਜਿਹੜਾ ਵਰਡ ਯੂਜ਼ ਕੀਤਾ ਗਿਆ ਐਸ ਐਸ ਡੀ ਐਮ ਇਹ ਹੈ ਸਟੇਟ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਜਾਂ ਦੇ ਵਿੱਚ ਜਿਹੜਾ ਰਾਜ ਕੌਸ਼ਲ ਵਿਕਸਿਤ ਮਿਸ਼ਨ ਬਣਾਉਣ ਦੇ ਲਈ ਉਹਨਾਂ ਨੂੰ ਮੋਟੀਵੇਟ ਕੀਤਾ ਜਾਏਗਾ ਵੱਧ ਤੋਂ ਵੱਧ ਕਈ ਜਿਹੜੀਆਂ ਸਟੇਟਸ ਨੇ ਉਹਨਾਂ ਪਹਿਲਾਂ ਹੀ ਐਸ ਐਸ ਡੀ ਐਮ ਹੁਣੇ ਦੱਸਿਆ ਇਸ ਤੁਹਾਨੂੰ ਸਟੇਟ ਸਕਿੱਲ ਡਵੈਲਪਮੈਂਟ ਮਿਸ਼ਨ ਪਹਿਲਾਂ ਤੋਂ ਹੀ ਸਥਾਪਿਤ ਕੀਤੇ ਹੋਏ ਨੇ ਤੇ ਬਾਕੀ ਰਾਜਾਂ ਦੇ ਲਈ ਇੱਕ ਜਿਹੜਾ ਮਾਡਲ ਟੈਂਪਲੇਟ ਹੈ ਨਾ ਸਟਰਕਚਰ ਉਹ ਤਿਆਰ ਕੀਤਾ ਜਾਏਗਾ ਤੇ ਉਹ ਜਿਹੜੇ ਸਟੇਟਸ ਨੇ ਉਹ ਮਿਸ਼ਨ ਦੇ ਲਈ ਵੱਖ-ਵੱਖ ਜਿਹੜਾ ਰਾਜਾਂ ਦੁਆਰਾ ਉਹ ਨਿਯੁਕਤ ਕੀਤਾ ਜਾਏਗਾ ਜਿਹੜਾ ਸਟਰਕਚਰ ਤਿਆਰ ਕੀਤਾ ਜਾਏਗਾ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਏਗਾ ਕਿ ਜਿਹੜਾ ਵਿਕਾਸ ਮਿਸ਼ਨ ਹੈ ਉਹਨੂੰ ਹਰ ਤਰ੍ਹਾਂ ਦੀ ਲੋੜਿੰਗ ਦੀ ਸਹੂਲਤ ਦਿੱਤੀ ਜਾਵੇ ਇਸ ਸਟੇਟ ਲੈਵਲ ਦੀ ਗੱਲ ਕਰ ਰਹੇ ਹਾਂ ਰਾਸ਼ਟਰੀ ਮਿਸ਼ਨ ਰਾਜ ਮਿਸ਼ਨ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਦੇਗਾ ਮੀਨ ਜੇ ਨੈਸ਼ਨਲ ਲੈਵਲ ਤੋਂ ਸਟੇਟ ਲੈਵਲ ਦੀ ਜਿਹੜੀ ਸਟੇਟ ਲੈਵਲ ਨੂੰ ਤਕਨੀਕੀ ਤੇ ਜਿਹੜੀ ਵਿੱਤੀ ਸਹਾਇਤਾ ਉਹ ਵੀ ਦਿੱਤੀ ਜਾਏਗੀ ਨੈਕਸਟ ਹੈ ਵਿਤ ਫਾਈਨਾਂਸ ਹੁਣ ਕੋਈ ਵੀ ਜਿਹੜਾ ਮਿਸ਼ਨ ਆ ਉਹਦੀ ਸਫਲਤਾ ਦੇ ਲਈ ਬਹੁਤ ਸਾਰਾ ਜਿਹੜਾ ਪੈਸਾ ਉਹਦੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਇਸ ਮਿਸ਼ਨ ਦੀ ਸਫਲਤਾ ਲਈ ਵੀ ਬਹੁਤ ਸਾਰਾ ਜਿਹੜਾ ਧਨ ਉਹਦੀ ਜ਼ਰੂਰਤ ਹੋਏਗੀ ਮਿਸ਼ਨ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਅਨਸਾਰ ਮਿਸ਼ਨ ਦੇ ਦੀ ਜਿੰਨੀਆਂ ਵੀ ਸਕਿੱਲ ਨਾਲ ਰਿਲੇਟਡ ਗਤੀਵਿਧੀਆਂ ਹੋਣਗੀਆਂ ਉਹਨਾਂ ਨੂੰ ਲਾਗੂ ਕਰਨ ਦੇ ਲਈ ਜੋ ਯੋਜਨਾਵਾਂ ਬਣਨਗੀਆਂ ਉਨ੍ਹਾਂ ਦੇ ਅਧੀਨ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਬਜਟ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਮਿਸ਼ਨ ਦਾ ਜਿਹੜਾ ਪ੍ਰਸ਼ਾਸਕੀ ਖਰਚਾ ਹੈ ਤੇ ਕੌਸ਼ਲ ਵਿਕਾਸ ਹੈ ਸਕਿੱਲ ਡਵੈਲਪਮੈਂਟ ਹੈ ਤੇ ਜਿਹੜੀ ਵਿਦੇਸ਼ੀ ਯੋਜਨਾ ਮੰਤਰਾਲਾ ਹੈ ਉਹਦੇ ਬਜਟ ਦੇ ਵਿੱਚੋਂ ਹੀ ਖਰਚ ਕੀਤੇ ਜਾਣਗੇ ਮੰਤਰਾਲੇ ਦਾ ਜਿਹੜਾ ਅੰਦਰੂਨੀ ਵਿੱਤ ਵਿਭਾਗ ਹੈ ਉਹ ਮਿਸ਼ਨ ਦੇ ਵਿੱਤੀ ਵਿੰਗ ਦੇ ਰੂਪ ਦੇ ਵਿੱਚ ਕੰਮ ਕਰੇਗਾ ਰਾਸ਼ਟਰੀ ਕੌਸ਼ਲ ਵਿਕਾਸ ਮਿਸ਼ਨ ਭਾਰਤ ਸਰਕਾਰ ਅਹੀਂ ਸ਼ੁਰੂ ਕੀਤੀ ਗਈ ਕੁਸ਼ਲ ਭਾਰਤ ਇਹ ਵਰਡ ਸਾਰੇ ਨੇ ਸੁਣਿਆ ਹੋਇਆ ਹੈ ਸਕਿੱਲ ਇੰਡੀਆ ਦਾਇਕ ਅੰਗ ਹੈ ਇਸ ਦਾ ਉਦੇਸ਼ ਸਾਲ 2022 ਤੱਕ 40 ਕਰੋੜ ਭਾਰਤੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਮੰਨਿਆ ਗਿਆ ਸੀ ਇਹ ਯੋਜਨਾ ਭਾਰਤੀ ਚ ਕੁਸ਼ਲ ਲੋਕਾਂ ਦੀ ਜਿਹੜੀ ਕਮੀ ਆ ਉਹ ਪੈਦਾ ਕਰਨ ਹੋਈ ਬੇਰੋਜ਼ਗਾਰੀ ਦੀ ਜਿਹੜੀ ਸਮੱਸਿਆ ਉਹਨੂੰ ਨਿਪਟਣ ਦੇ ਵਿੱਚ ਵੀ ਜਿਹੜੀ ਸਹੈਤ ਹੈ ਉਹ ਕਰੇਗੀ ਐਂਡ ਤੇ ਸੀ ਕਹਿ ਸਕਦੇ ਆ ਵੀ ਜਿਹੜਾ ਹਿੰਦ ਦੇਸ਼ ਨੇ ਉਹਨਾਂ ਦੇ ਵਿੱਚ ਸਕਿਲਡ ਦਾ ਲੈਵਲ ਸਕਿਲਸ ਜਿਹੜੀਆਂ ਵੀ ਕੋਈ ਵੀ ਪਰਸਨ ਨੂੰ ਸੀ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੇਣਾ ਉਹਦਾ ਲੈਵਲ ਉੱਚਾ ਹੁੰਦਾ ਹੈ ਤਾ ਉਹਦੇ ਨਾਲ ਉਹ ਜਿਹੜੇ ਦੇਸ਼ ਨਾਉਣ ਵਾਲੇ ਸਮੇਂ ਦੇ ਵਿੱਚ ਕੰਮ ਦੇ ਪ੍ਰਤੀ ਆਉਣ ਵਾਲੀਆਂ ਚੁਣੌਤੀਆਂ ਆਉਂਦੀਆਂ ਜਾਂ ਜਿਹੜੇ ਮੌਕੇ ਹੁੰਦੇ ਨੇ ਉਹਨਾਂ ਦੇ ਪ੍ਰਤੀ ਸੰਵੇਦਨਸ਼ੀਲ ਹੋ ਜਾਂਦੇ ਨੇ ਤੇ ਬੰਦਿਆ 49 ਸਾਲ ਦੀ ਉਮਰ ਵਾਲੇ ਜਿਹੜੇ ਕਾਮਕਾਜੀ ਲੋਕ ਨੇ ਇੰਡੀਆ ਦੇ ਵਿੱਚ ਵਧ ਰਹੇ ਨੇ ਇਹਦਾ ਭਾਰਤ ਨੂੰ ਫਾਇਦਾ ਵੀ ਹੈ ਕਿਉਂਕਿ ਕਾਮਕਾਜੀ ਲੋਕਾਂ ਦੇ ਵਧੇਰੇ ਹੋਣ ਕਰਕੇ ਜਿਹੜੇ ਕੌਸ਼ਲਾਂ ਦੇ ਵਿਕਾਸ ਵਿੱਚ ਸੰਸਾਰਕ ਪੱਧਰ ਤੇ ਕਈ ਤਰ੍ਹਾਂ ਦੇ ਸਾਨੂੰ ਜਿਹੜੇ ਮੌਕੇ ਨੇ ਮੀਨਸ ਵਰਲਡ ਲੈਵਲ ਤੇ ਉਹ ਵੀ ਉਪਲਬਧ ਹੁੰਦੇ ਨੇ ਤੇ ਕੌਸ਼ਲ ਵਿਕਾਸ ਵਿੱਚ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਆ ਰਹੀ ਹੈ ਉਹ ਉਹ ਵਧੇਰੇ ਜਨਸੰਖਿਆ ਦਾ ਹੋਣਾ ਹੈ ਲੋੜ ਹੈ ਇਹ ਕੌਸ਼ਲਨ ਵਿਕਸਿਤ ਕਰਨ ਦੀ ਜੋ ਲੋਕਾਂ ਦੀ ਸੁਰੱਖਿਆ ਅਤੇ ਵਧੀਆ ਕੰਮ ਦੀ ਬਾਣ ਵਿੱਚ ਰੁਚੀ ਲੈਂਦੇ ਹੋਣ ਇਸ ਨਾਲ ਲੋਕਾਂ ਵਿੱਚ ਵਾਧਾ ਵਰਨ ਅਤੇ ਸਿਹਤ ਪ੍ਰਤੀ ਜਿਹੜੀ ਜਾਗਰੂਕਤਾ ਵੀ ਪੈਦਾ ਹੋਏਗੀ ਕੌਸ਼ਲ ਨੇ ਜਿਹੜੇ ਯੋਜਨਾਵਦ ਵਿਕਸਿਤ ਕਰਨ ਦੀ ਲੋੜ ਹੈ ਮੀਨਸ ਉਹਨਾਂ ਨੂੰ ਪਲੈਨਿੰਗ ਦੇ ਨਾਲ ਲੋਕਾਂ ਨੂੰ ਜਿਹੜੀ ਟ੍ਰੇਨਿੰਗ ਆ ਉਹ ਦੇਣੀ ਹੈ ਕੌਸ਼ਲ ਡਵੈਲਪਮੈਂਟ ਵਿੱਚ ਇਹ ਵੀ ਜ਼ਰੂਰੀ ਹੈ ਕਿ ਸਮਾਜਿਕ ਆਰਥਿਕ ਨੀਤੀਆਂ ਨੂੰ ਜਿਹੜੇ ਯੋਜਨਾਬੰਦ ਢੰਗ ਦੇ ਨਾਲ ਲਾਗੂ ਕੀਤਾ ਜਾਵੇ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਲਈ ਵੀਡੀਓ ਹੈਲਪਫੁਲ ਹੋਏਗੀ ਤੇ ਇਹ ਜਿਹੜੀ ਤੁਹਾਡੀਆਂ ਸਾਰਾ ਜਿੰਨਾ ਪੇਪਰ ਹੈ ਸੈਕੰਡ ਸੈਮੈਸਟਰ ਦਾ ਨੋਵਾਂ ਉਹਦਾ ਸਿਲੇਬਸ ਆਲਮੋਸਟ ਕੰਪਲੀਟ ਹੈ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਸਾਰੀਆਂ ਜਿਹੜੀਆਂ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਥੈਂਕਸ ਫॉर ਵਾਚਿੰਗ